ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ 'ਤੇ। ਇੱਕ ਵਾਰ ਫਿਰ ਤੋਂ ਗੱਲ ਹੋਏਗੀ ਤੁਹਾਡੀ ਹੈਲਥ ਦੀ, ਪਰ ਇਹ ਸ਼ੋਅ ਚੱਲ ਰਿਹਾ ਜੀ ਲਾਈਵ। ਡਾਕਟਰ ਨਵਦੀਪ ਸ਼ਰਮਾ ਜੀ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਅਤੇ ਨੰਬਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ। ਇਹਨਾਂ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਲਾਈਵ, ਇਸ ਟਾਈਮ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਆਪਣਾ ਹੈਲਥ ਇਸ਼ੂ ਜਿਹੜਾ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਸੋ ਡਾਕਟਰ ਨਵਦੀਪ ਸ਼ਰਮਾ ਜੀ ਆਯੁਰਵੈਦਿਕ ਸਪੈਸ਼ਲਿਸਟ ਨੇ, ਹਮੇਸ਼ਾ ਹਰ ਬਿਮਾਰੀ ਦਾ ਟ੍ਰੀਟਮੈਂਟ ਦੱਸਦੇ ਨੇ। USA ਦੇ ਵਿੱਚ ਸੈਂਟਰਸ ਉਹਨਾਂ ਦੇ ਅਵੇਲੇਬਲ ਹੈਗੇ ਨੇ ਜਿੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਡਾਕਟਰ ਨਵਦੀਪ ਸ਼ਰਮਾ ਜੀ ਖੁਦ 15 ਅਗਸਤ ਤੋਂ ਬਾਅਦ ਵਿਜ਼ਿਟ ਕਰਨਗੇ USA ਦੇ ਵਿੱਚ, ਉਹਨਾਂ ਨੂੰ ਮਿਲ ਵੀ ਸਕਦੇ ਹੋ। ਜੋ ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਅਪੁਆਇੰਟਮੈਂਟ ਫਿਕਸ ਕਰਨੀ ਹੈਗੀ ਆ, ਨਾਲ ਦੀ ਨਾਲ ਹੋਰ ਕੋਈ ਵੀ ਬਿਮਾਰੀ ਹੈਗੀ ਆ ਇਹਨਾਂ ਨੰਬਰ 'ਤੇ ਕਾਲ ਕਰਕੇ ਤੁਸੀਂ ਡਿਸਕਸ ਕਰ ਸਕਦੇ ਹੋ, ਦਵਾਈ ਘਰ ਬੈਠੇ ਮੰਗਵਾ ਸਕਦੇ ਹੋ। ਸੋ ਅੱਜ ਜਿਸ ਮੇਨ ਪ੍ਰੋਬਲਮ ਬਾਰੇ ਅਸੀਂ ਡਿਸਕਸ਼ਨ ਕਰਾਂਗੇ ਜੀ ਉਹਨਾਂ ਦੇ ਨਾਲ, ਉਹ ਹੈਗਾ ਮੈਮਰੀ ਲੋਸ। ਅਸੀਂ ਦੇਖਦੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਯਾਦਾਸ਼ਤ ਬੜੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਹੈ। ਇੱਕ ਠੀਕ ਹੈ, ਉਮਰ ਹੋ ਗਈ ਹੈ, ਪਰ ਉਮਰ ਤੋਂ ਪਹਿਲਾਂ ਵੀ ਛੋਟੇ ਛੋਟੇ ਬੱਚਿਆਂ ਦੀ ਯਾਦਾਸ਼ਤ ਬੜੀ ਵੀਕ ਹੁੰਦੀ ਜਾ ਰਹੀ ਹੈ। ਸੋ ਕੀ ਕਾਰਨ ਨੇ, ਕਿੱਦਾਂ ਇਹਦਾ ਇਲਾਜ ਕੀਤਾ ਜਾ ਸਕਦਾ, ਇਸ ਬਾਰੇ ਸਾਰੀ ਡਿਸਕਸ਼ਨ ਹੋਏਗੀ। ਬਾਕੀ ਤੁਹਾਨੂੰ ਕੋਈ ਵੀ ਹੈਲਥ ਇਸ਼ੂ ਹੈਗਾ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਨੰਬਰ ਲਗਾਤਾਰ TV ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਵੈਲਕਮ ਕਰ ਲੈਂਦੇ ਹਾਂ। ਵੈਲਕਮ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਗੱਲ ਜਿਵੇਂ ਮੈਂ ਕੀਤੀ ਹੈਗੀ ਮੈਮਰੀ ਲੋਸ ਦੀ, ਆਲਮੋਸਟ ਬਹੁਤ ਸਾਰੇ ਲੋਕਾਂ ਨੂੰ ਇਹ ਵਾਲੀ ਇਸ਼ੂ ਆ ਰਿਹਾ ਅੱਜ ਦੇ ਟਾਈਮ ਦੇ ਵਿੱਚ, ਈਵਨ ਛੋਟੀ ਛੋਟੀ ਏਜ ਦੇ ਵਿੱਚ, ਈਵਨ ਮੈਨੂੰ ਖੁਦ ਨੂੰ ਹੋ ਜਾਂਦਾ ਕਿ ਯਾਦ ਨਹੀਂ ਰਹਿੰਦੀਆਂ ਹੈਗੀਆਂ ਚੀਜ਼ਾਂ। ਸੋ ਅੱਜ ਦੇ ਟਾਈਮ ਦੇ ਵਿੱਚ ਪਹਿਲਾਂ ਤਾਂ ਇਹ ਦੱਸੋ, ਕਿਉਂ ਇਹ ਇੰਨੀ ਪ੍ਰੋਬਲਮ ਕਿਉਂ ਵੱਧਦੀ ਜਾ ਰਹੀ ਹੈ? ਸਲੀਪ ਪੈਟਰਨ ਖਰਾਬ ਹੋਣ ਕਰਕੇ ਜੀ, ਸਭ ਤੋਂ ਮੇਜਰ ਕਾਰਨ ਹੈ ਸਲੀਪ ਦਾ ਪੈਟਰਨ ਖਰਾਬ ਹੋ ਗਿਆ ਵਾ। ਜਦੋਂ ਆਪਾਂ ਸੋਨੇ ਹਾਂ, ਸਾਡੀ ਸਲੀਪ ਦੋ ਤਰ੍ਹਾਂ ਦੀ ਹੁੰਦੀ ਹੈ, ਰੈਪਿਡ ਆਈ ਮੂਵਮੈਂਟ ਸਲੀਪ ਅਤੇ ਨੋਨ ਰੈਪਿਡ ਆਈ ਮੂਵਮੈਂਟ ਸਲੀਪ। ਤੁਸੀਂ ਕਦੀ ਵੀ ਇੱਕ ਛੋਟੇ ਬੱਚੇ ਨੂੰ ਸੁੱਤੇ ਹੋਏ ਦੇਖੋ, ਤੁਸੀਂ ਦੇਖੋਗੇ ਉਹਦੀ ਅੱਖਾਂ ਹਿੱਲ ਰਹੀਆਂ ਹੋਣਗੀਆਂ ਅੰਦਰੋਂ, ਉਹ ਹੁੰਦੀ ਹੈ ਰੈਪਿਡ ਆਈ ਮੂਵਮੈਂਟ ਸਲੀਪ। ਜਿਸ ਤਰ੍ਹਾਂ ਸਾਡੀ ਏਜ ਜਿਹੜੀ ਹੈ ਉਹ ਇੱਕ ਸਟੇਬਲ ਏਜ 'ਚ ਆਪਾਂ ਜਾਂਦੇ ਹਾਂ, ਸਾਡੀ ਨੋਨ ਰੈਪਿਡ ਆਈ ਮੂਵਮੈਂਟ ਸਲੀਪ ਅਤੇ ਰੈਪਿਡ ਆਈ ਮੂਵਮੈਂਟ ਸਲੀਪ ਦਾ ਇੱਕ ਪੈਟਰਨ ਬਣ ਜਾਂਦਾ ਵਾ। ਨੋਨ ਰੈਪਿਡ ਆਈ ਮੂਵਮੈਂਟ ਸਲੀਪ ਉਹ ਸਲੀਪ ਹੈ ਜਿਹਦੇ 'ਚ ਸਾਡੀ ਅੱਖਾਂ ਘੁੰਮ ਨਹੀਂ ਰਹੀਆਂ ਔਰ ਆਪਾਂ ਡੀਪ ਸਲੀਪ 'ਚ ਹਾਂ, ਉਸ ਲਈ ਕੋਈ ਸੁਪਨੇ ਨਹੀਂ ਆਉਂਦੇ। ਇਹਦਾ ਮਤਲਬ ਹੈ ਕਿ ਅਗਰ ਆਪਾਂ ਰੋਜ਼ ਸੁਪਨਿਆਂ ਵਾਲੀ ਨੀਂਦਰ ਲੈਂਦੇ ਹਾਂ, ਜਿਹੜੀ ਕਿ ਆਪਾਂ ਰੂਟੀਨ 'ਚ ਸਾਰੇ ਲੈ ਰਹੇ ਹਾਂ, ਅਤੇ ਐਕਚੁਅਲ 'ਚ ਆਪਾਂ ਸੌ ਨਹੀਂ ਰਹੇ, ਬਾਡੀ 'ਚ ਬ੍ਰੇਨ ਨੂੰ ਆਪਣੇ ਆਪ ਨੂੰ ਰੀਜੂਵੀਨੇਟ ਕਰਨ ਵਾਸਤੇ, ਰਿਸਟੋਰ ਕਰਨ ਵਾਸਤੇ ਬਿਨਾਂ ਸੁਪਨਿਆਂ ਵਾਲੀ ਨੀਂਦਰ ਜ਼ਰੂਰੀ ਹੈ। ਇਸ ਕਰਕੇ ਜੇ ਤੁਹਾਨੂੰ ਰੋਜ਼ ਬਹੁਤ ਬਹੁਤ ਸੁਪਨੇ ਆ ਰਹੇ ਨੇ, ਇਹਦਾ ਮਤਲਬ ਤੁਹਾਡੀ ਸਲੀਪ ਚੰਗੀ ਨਹੀਂ ਹੈ, ਸਾਊਂਡ ਸਲੀਪ ਨਹੀਂ ਹੈ। ਔਰ ਕਿਉਂਕਿ ਅੱਜ ਦੇ ਜ਼ਮਾਨੇ 'ਚ ਸਾਡੀ ਓਵਰ ਇੰਡਲਜੈਂਸ ਜਿਹੜੀ ਸੋਸ਼ਲ ਮੀਡੀਆ ਵੱਲ ਹੈ, ਮੋਬਾਈਲਸ, TVs, ਇੰਨਾ ਸਾਰਾ ਕੁਛ ਵੱਧ ਚੁੱਕਾ ਹੋਇਆ ਔਰ ਆਪਾਂ ਆਪਣੇ ਬੋਡੀ ਨੂੰ ਬਿਲਕੁਲ ਟਾਈਮ ਨਹੀਂ ਦੇ ਰਹੇ ਹਾਂ, ਐਸੇ ਕਰਕੇ ਜਦੋਂ ਆਪਾਂ ਸੌਣ ਜਾਂਦੇ ਹਾਂ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਸਾਡੇ ਸਿਰ 'ਤੇ ਹਾਵੀ ਹੋ ਜਾਂਦੀਆਂ ਨੇ। ਲਾਸਟ ਮੂਮੈਂਟਸ 'ਤੇ ਵੀ ਜਦੋਂ ਆਪਾਂ ਸੌਣ ਜਾ ਰਹੇ ਹਾਂ, ਮੋਬਾਈਲ ਉਦੋਂ ਵੀ ਹੱਥ 'ਚ ਹੁੰਦਾ ਵਾ, ਸਿਰ ਦੇ ਕੋਲ ਆਪਾਂ ਰੱਖਦੇ ਹਾਂ ਮੋਬਾਈਲ, ਫਿਰ ਜਦੋਂ ਸਵੇਰੇ ਉੱਠਦੇ ਹਾਂ ਫਿਰ ਦੁਬਾਰਾ ਮੋਬਾਈਲ ਨੂੰ ਆਪਾਂ ਮੱਥਾ ਟੇਕਦੇ ਹਾਂ ਸਵੇਰੇ ਉੱਠਦੇ ਹੀ। ਉਹ ਇੱਕ ਮੇਜਰ ਕਾਰਨ ਹੈ ਕਿ ਸਾਡੀ ਜਿਹੜੀ ਅੱਜ ਸਲੀਪ ਹੈ ਉਹ ਸਲੀਪ ਵੱਧ ਗਈ ਹੈ ਜੀ, ਰੈਪਿਡ ਆਈ ਮੂਵਮੈਂਟ ਸਲੀਪ, ਸੁਪਨਿਆਂ ਵਾਲੀ ਸਲੀਪ, ਔਰ ਐਸੇ ਕਰਕੇ ਹੀ ਮੈਮਰੀ ਲੋਸ ਬਹੁਤ ਵੱਧ ਰਿਹਾ ਵਾ। ਬਿਲਕੁਲ ਜੀ। ਸੋ ਨੀਂਦ ਦਾ ਆਪਾਂ ਕਹਿੰਦੇ ਹਾਂ ਕਿ ਪ੍ਰੋਪਰ ਨਾ ਆਉਣਾ, ਅਤੇ ਉਹਦੇ ਲਈ ਰੀਜ਼ਨ ਫਿਰ ਤੋਂ ਉਹੀ ਹੈਗਾ ਜੀ, ਲਾਈਫ ਸਟਾਈਲ ਜਿਹੜਾ ਚੇਂਜ ਹੋ ਰਿਹਾ ਤੁਹਾਡਾ ਆਪਣਾ ਹੋਇਆ ਹੋਏਗਾ। ਫੂਡ ਟਾਈਮ ਸਿਰ ਨਹੀਂ ਅਸੀਂ ਲੈਂਦੇ ਹੈਗੇ, ਦਿਮਾਗ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ, ਈਵਨ ਸੌਣ ਟਾਈਮ ਵੀ ਬਹੁਤ ਸਾਰੇ ਲੋਕ ਇੱਦਾਂ ਦੇ ਹੋਣਗੇ, ਦਿਮਾਗ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਟੈਨਸ਼ਨਸ, ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਘੁੰਮਦੀਆਂ ਰਹਿੰਦੀਆਂ ਹੈਗੀਆਂ। ਸੋ ਰੀਜ਼ਨ ਕਿਤੇ ਨਾ ਕਿਤੇ ਉਹੀ ਹੈਗਾ, ਲਾਈਫ ਸਟਾਈਲ ਚੇਂਜ, ਟੈਨਸ਼ਨ ਦਾ ਹੋਣਾ। ਸੋ ਛੋਟੇ ਛੋਟੇ ਬੱਚਿਆਂ ਨੂੰ ਵੀ ਆਪਾਂ ਦੇਖਦੇ ਹੈਗੇ ਮੈਮਰੀ ਲੋਸ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ। ਸੋ ਸਰ, ਮੈਮਰੀ ਲੋਸ ਜਿੱਦਾਂ, ਇੱਕ ਤਾਂ ਲੋਕ ਮੇਰੇ ਖਿਆਲ ਦੇ ਵਿੱਚ ਗੌਰ ਉਦੋਂ ਹੀ ਇਸ ਚੀਜ਼ 'ਤੇ ਕਰਦੇ ਨੇ ਹਰ ਬਿਮਾਰੀ ਦੀ ਤਰ੍ਹਾਂ, ਜਦੋਂ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਆ। ਗੌਰ ਜੀ, ਗੌਰ ਤੋਂ ਵੀ ਵੱਡੀ ਚੀਜ਼ ਹੈ ਕਿ ਜਦੋਂ ਕਿਸੇ ਨੂੰ ਇਹ ਕਹੋ ਨਾ, ਘਰ ਦੇ ਵੀ ਕਹਿਣ, ਇਹ ਤੁਸੀਂ ਭੁੱਲਣ ਲੱਗ ਪਏ ਹੋ, ਭੁੱਲਣ ਲੱਗ, ਬੰਦਾ ਤਾਂ ਲੜਨ ਨੂੰ ਪੈਂਦਾ, ਐਵੇਂ ਮਨ ਤਾਂ ਕੁਛ ਨਹੀਂ ਭੁੱਲਦਾ। ਹਾਂ, ਐਕਸੈਪਟੈਂਸ ਨਹੀਂ ਹੈ, ਮੈਮਰੀ ਲੋਸ ਹੋ ਰਿਹਾ ਹੈ, ਇਸ ਚੀਜ਼ ਨੂੰ ਐਕਸੈਪਟ ਕਰਨ ਵਾਸਤੇ ਵੀ ਬੰਦਾ ਜਲਦੀ ਕਿਤੇ ਤਿਆਰ ਨਹੀਂ ਹੁੰਦਾ। ਬਿਲਕੁਲ। ਤੇ ਇਸੇ ਕਰਕੇ ਜਦੋਂ ਬੜਾ ਹੀ ਐਕਸਟ੍ਰੀਮ ਹੋ ਜਾਂਦਾ, ਜਦੋਂ ਆਸੇ ਪਾਸੇ ਵਾਲੇ ਸਾਰੇ ਕਹਿਣਾ ਸ਼ੁਰੂ ਕਰਦੇ ਨੇ ਯਾਰ ਤੈਨੂੰ ਭੁੱਲਣ ਬੜਾ ਲੱਗ ਪਿਆ, ਉਹ ਜਦੋਂ ਬਿਮਾਰੀ ਦਾ ਰੂਪ ਜਾ ਕੇ ਕਿਤੇ ਲੈਂਦੀ ਹੈ, ਉਦੋਂ ਆਪਾਂ ਹਲਕੀ ਜਿਹੀ ਹੋਸ਼ ਕਰਦੇ ਹਾਂ, ਉਦੋਂ ਜਾ ਕੇ ਮੈਮਰੀ ਲੋਸ ਵਾਸਤੇ ਬੰਦਾ ਸੁਚੇਤ ਹੁੰਦਾ ਵਾ। ਬਿਲਕੁਲ ਸਹੀ ਗੱਲ ਹੈ। ਈਵਨ ਹਰ ਬਿਮਾਰੀ 'ਤੇ ਜਦੋਂ ਅਸੀਂ ਗੱਲ ਕਰਦੇ ਹਾਂ, ਇਹੀ ਰੀਜ਼ਨ ਹੁੰਦਾ ਹੈ ਕਿ ਜਦੋਂ ਸਾਨੂੰ ਲੱਗਦਾ ਹੈ ਕਿ ਐਕਸਟ੍ਰੀਮ ਹੋ ਕੀ ਹੈਗੀ ਆ ਚੀਜ਼, ਤਾਂ ਹੀ ਅਸੀਂ ਉਹਦੇ ਵੱਲ ਵੱਧਦੇ ਹਾਂ। ਸਟਾਰਟ ਦੇ ਵਿੱਚ ਅਸੀਂ ਉਸ ਚੀਜ਼ ਨੂੰ, ਈਵਨ ਆਪਾਂ ਦੇਖਦੇ ਹਾਂ ਕਿ ਛੋਟੀ ਉਮਰ ਦੇ ਵਿੱਚ ਥੋੜ੍ਹੀਆਂ ਥੋੜ੍ਹੀਆਂ ਗੱਲਾਂ ਭੁੱਲਦੀਆਂ ਨੇ, ਹੌਲੀ ਹੌਲੀ ਜ਼ਿਆਦਾ ਭੁੱਲੀਆਂ ਸ਼ੁਰੂ ਹੋ ਜਾਣਗੀਆਂ। ਸੋ ਬਾਕੀ ਜੀ, ਲਾਈਵ ਸ਼ੋਅ ਹੈਗਾ ਜੀ, ਕੋਈ ਵੀ ਤੁਹਾਨੂੰ ਹੈਲਥ ਦੀ ਪ੍ਰੋਬਲਮ ਹੈਗੀ ਹੈ ਤੁਸੀਂ ਡਿਸਕਸ਼ਨ ਕਰ ਸਕਦੇ ਹੋ ਜੀ। ਨੰਬਰ ਲਗਾਤਾਰ TV ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਡਾਕਟਰ ਨਵਦੀਪ ਸ਼ਰਮਾ ਜੀ ਨਾਲ ਡਾਇਰੈਕਟ
लाइव शो दे विच तुसी कॉल जिहड़ी आ उह कर सकते हो। सो सर, मैमरी लॉस लई लाइफ स्टाइल ही चेंज करिए जां इहदा परमानेंट सोल्यूशन? पहला लाइफ स्टाइल चेंज की गल करते हैं ना। लाइफ स्टाइल जी बिल्कुल आहार, निद्रा ते ब्रह्मचर्य। इहदे चों आहार कोशिश करो, वह डाइट खाओ जो खट्टी ते चरपरियां चीज़ां जिहड़ियां ने घट ने। जिहड़ा खट्टा खाना है और ज़्यादा तिखा खाना है, यह खाना ब्रेन की मैमरी को नुकसान पहुँचाता है। जबकि अज की डेट से आप बहुत खट्टी चीज़ा खाने, पीज़ाज एंड ऑल आप कभी भी जाइए तो एक्सट्रा टॉपिंग्स आपर पाने, उन्होंने होर तिखा करते हैं, स्पाइसिस यूज़ करते हैं, बहुत सारे सॉसेजिज यूज़ करते हैं। अगर बंदा एक सब वे तो सब भी खान जा रहा ना, तो उन्हें यह देखना वै कि जो छे तरह के सॉसेजिज इतने ने तो मैं सारे पा लव, तेज़ तो तेज़ स्पाइसिस पा लव, यह सारिया मैमरी नुकसान कर दिया ने। कोशिश करो खाने नूं तुसी जिन्ना लाइट रख सकोगे उन्ना ही ब्रेन वास्ते फायदा है। क्योंकि हुंदा की है जी, ब्रेन साड़ी बॉडी का सब तो एक्टिव ऑर्गन है, कंटीन्यूअसली उन्हें न्यूट्रिशन ऑक्सीजन सप्लाई सब तो वध चाहिए है। जिन्ना लाइट खाना खावांगे उन्ना ही साडे पेट वाले पासे ब्लड सर्कुलेशन घट भेजनी पड़ेगी, तो साडे ब्रेन नूं अच्छा ब्लड सर्कुलेशन मिलता रहेगा। तो जिन्ना भारी खाना खावांगे उन्ना ही बॉडी नूं अपने ब्लड सर्कुलेशन नूं पेट वाल ज़्यादा डाइवर्ट करना पड़ेगा, जिद नाल ब्रेन वाल घट ब्लड जाएगा तो ब्रेन नूं उन्नी देर वास्ते माल न्यूट्रिशन हो जाएगी। बट ब्रेन यह तो कर नहीं सकता कि उस वेले काम घट करे, काम तो बेचारे नूं उन्ना ही करना पैना वा, न्यूट्रिशन जो उन्हें घट मिलेगी मैमरी लॉस होएगा ही होएगा। इस करके लाइट खाना खाओ, टाइम सिर सोवो, जल्दी उठो, कोशिश करो कि सवेरे 7 बजे तो लेट तो किसी कीमत पर नहीं, उस तो बैटर 6, उस तो बैटर 5 ते 4 ते ब्रह्म मुहूर्त का टाइम है, मैडिटेट करो बहुत वधिया रहेगा। नहीं कर सकते 7 एक्सट्रीम है, अगर आप 7 बजे तो बाद सोने हैं बहुत नुकसान है जी। वो जी ते सर जिवें तुसीं दस्सिया बहुत नुकसान है, पर जिन्हां दी रूटीन ही काम करन वालेयां दी साडे वर्गियां दी ओदां दी हैगी, उह की करन? नहीं, उह साडी कुदरत ने बॉडी इन्नी वधिया दित्ती है जी कि बॉडी अपने आप नूं अडैप्ट कर लैंदी है। ओके, आचार्य चरक ने इहनूं बोलिया वै ओक सातमें। ओके, ओक सातमें दा मतलब है इक लाइफस्टाइल जिहड़ा खराब भी है लेकिन साडी प्रोफेशन दी नीड है, अगर आपां उहनूं फॉलो कर लैंदे आ हौली हौली साडी बॉडी उहदे हैबिचुअल हुंदी ते घट नुकसान हुंदा वै। बट बॉडी की रिक्वायरमेंट उदो जरूर पूरी करनी है। मान लो कोई बंदा ऑड आवर्स से काम कर रहा है, अगर एक नॉर्मल आवर्स की स्लीप च 6 घंटे की नींद जरूरी है तो उन्होंने 9 घंटे की नींद जरूरी है। okay. जबकि आप करते उल्टे हैं, हूँ कोई बंदा नाइट शिफ्ट कर रहा है, वो की करेगा नाइट शिफ्ट भी लगा ली, सवेरे 4 घंटे सुते, उस तो बाद फिर कोई होर काम पकड़ लीए, वो नहीं होना चाहिए। अगर नाइट से तुसी 6 घंटे की नींद रिक्वायरमेंट नाल ठीक हो सकते सी, दिने उही नींद है 9 घंटे, ਉਹ ਤੁਸੀਂ ਜ਼ਰੂਰ ਫੋਲੋ ਕਰੋ, ਫਿਰ ਪ੍ਰੋਬਲਮ ਨਹੀਂ ਆਉਂਦੀ। ਫਿਰ ਨਹੀਂ ਆਉਂਦੀ, ਬਿਲਕੁਲ ਜੀ। ਸੋ ਬਾਕੀ ਹੁਣ ਜੇਕਰ ਬਾਈ ਚਾਂਸ ਮੈਮਰੀ ਲੋਸ ਹੋਣਾ ਸ਼ੁਰੂ ਹੋ ਗਿਆ, ਮੈਡੀਸਿਨ ਤੋਂ ਪਹਿਲਾਂ ਘਰ 'ਚ ਕਿਹੜੀਆਂ ਚੀਜ਼ਾਂ ਨੂੰ ਅਸੀਂ ਐਡ ਕਰ ਸਕਦੇ ਹਾਂ ਕਿ ਠੀਕ ਹੋ ਜਾਵੇ? ਬਹੁਤ ਹੀ ਵਧੀਆ ਇੱਕ ਗਾਈਡਲਾਈਨਸ ਆਚਾਰਿਆ ਚਰਕ ਨੇ ਦਿੱਤੀਆਂ ਨੇ ਜੀ ਮੈਮਰੀ ਲੋਸ ਵਾਸਤੇ, ਔਰ ਉਹਨੂੰ ਕਿਹਾ ਗਿਆ ਮੇਧਯ ਰਸਾਇਣ। ਓਕੇ, ਸ਼ਲੋਕ ਆਉਂਦਾ ਬੜਾ ਵਧੀਆ, ਇੱਕ ਮੰਡੂਕ ਪਰਨਿਆ ਸਵਰਸੈ ਪ੍ਰਯੋਜਯ शीरेन यष्टि मधुकस्य चूर्णम रसो गुड़ुच्यास्तु स मूल फल पुष्प खलु शंख पुष्प। मंडूक परनी बड़ी कॉमन हर्ब है जी, ब्रह्मी दे नाम नाल भी आपां नूं जानदे हाँ, सेंटा लैसीएटिका इहदा बोटैनिकल नेम है, घर च गमले च लाई जा सकती है। कोशिश करो इहनूं गमले च बीजो और इहदा रस लवो डेली 1 चम्मच दे आस पास। शीरेन यष्टि मधुकस्य चूर्णम मूलठी बहुत ईजीली यूएस अवेलेबल है, एसिडिटी भी काम करती है, टॉनिक का काम भी करती है, गले नूं ठीक भी रखती है। बट इहदे नाल नाल अगर इहनूं खीर नाल यूज़ किया जाए, मतलब दुध नाल इस्तेमाल किया जाए, तो ब्रेन टॉनिक का काम भी करती है। रसो गुड़ुचे आस्तु गिलोए का रस, कोशिश करो गिलोए टाइनोस्पोरिया कार्डिफोलिया, गिलोए तो बहुत ही फेमस हो चुका है, गल चल रही है कि शायद अगर आप नैशनल हर्ब सिलेक्ट करिए तो कल साड़ी नैशनल हर्ब भी बन सकती है, इन्नी अच्छी हर्ब है। कोशिश करो गिलोए का जड़ा वै रस यूज करो। स मूल फल पुष्प खलु शंख पुष्पिया, शंख पुष्पी उहदा पंचांग सारे पार्ट्स बहुत चंगे ने, यह चीज़ा अगर इस्तेमाल की जाए ने एक टॉनिक का काम भी कर दिया ने, दवाई का काम भी कर दिया ने, और मैमरी लॉस तो बचा दिया ने।
ਬਿਲਕੁਲ ਜੀ। ਸੋ ਇੱਕ ਆਪਾਂ ਕਹਿ ਸਕਦੇ ਕਿ ਇੱਦਾਂ ਦੀਆਂ ਹਰਬਸ ਜਿਹੜੀਆਂ ਨੇ ਉਹ ਯੂਜ਼ ਕਰਨੀਆਂ ਸ਼ੁਰੂ ਕਰਦੀ ਹੈ। ਬਾਕੀ ਸਰ ਜਿੱਦਾਂ ਕਿ ਮੈਮਰੀ ਲੋਸ ਜੇਕਰ ਜ਼ਿਆਦਾ ਹੀ ਹੋਣ ਲੱਗ ਪਈ ਹੈਗੀ ਹੈ ਤਾਂ ਫਿਰ ਟ੍ਰੀਟਮੈਂਟ ਕੀ ਹੈਗਾ? ਬਿਲਕੁਲ, ਦੇਖੋ ਜੀ ਅਗਰ ਮੈਮਰੀ ਲੋਸ ਬਹੁਤ ਐਕਸਟ੍ਰੀਮਲੀ ਵੱਧ ਗਈ ਹੈ, ਆਪਾਂ ਮੈਡੀਸਨਲ ਟ੍ਰੀਟਮੈਂਟ ਵੀ ਕਰਵਾ ਸਕਦੇ ਹਾਂ, ਆਪਾਂ ਪੰਚਕਰਮਾ ਟ੍ਰੀਟਮੈਂਟ ਵੀ ਕਰਵਾ ਸਕਦੇ ਹਾਂ। ਓਕੇ, ਮੈਡੀਸਨਲ ਟ੍ਰੀਟਮੈਂਟ ਦੀ ਗੱਲ ਕਰੀਏ, ਇੱਕ ਬੜੀ ਹੀ ਕਾਮਨ ਕੰਬੀਨੇਸ਼ਨ ਹੈ ਮੈਮੋਸੋਲ ਦੇ ਨਾਮ ਦੇ ਨਾਲ, ਜਿਹਦੇ 'ਚ ਆਪਾਂ ਇਹ ਸਾਰੀਆਂ ਦੀ ਸਾਰੀਆਂ ਚੀਜ਼ਾਂ ਪਾਈਆਂ ਨੇ ਜਿਹੜੀਆਂ ਮੈਂ ਹੁਣੇ ਦੱਸੀਆਂ ਨੇ। ਇਹਦੇ ਨਾਲ ਥੋੜ੍ਹਾ ਪੇਠਾ ਪਾਇਆ ਗਿਆ, ਪੇਠੇ ਦਾ ਐਕਸਟਰੈਕਟ ਪਾਇਆ ਗਿਆ ਵੈ, ਕੁਛ ਐਸੀ ਹਰਬਸ ਦੀ ਕੰਬੀਨੇਸ਼ਨ ਆਪਾਂ ਪਾਈਆਂ ਜਿਹੜੀਆਂ ਐਜ਼ ਅ ਟੋਨਿਕ ਵੀ ਕੰਮ ਕਰ ਸਕਦੀਆਂ ਨੇ, ਅਤੇ ਉਹਦੇ ਨਾਲ ਨਾਲ ਜਿਹੜਾ ਵੈ ਉਹ ਬੰਦੇ ਨੂੰ ਥੈਰਾਪੈਟਿਕਲੀ ਵੀ ਫਾਇਦਾ ਦੇ ਸਕਦੀਆਂ ਨੇ ਅਗਰ ਮੈਮਰੀ ਲੋਸ ਬਹੁਤ ਐਕਸਟ੍ਰੀਮ ਹੋ ਚੁੱਕਾ ਵੈ। ਅਗਰ ਸਿੰਪਲ ਪ੍ਰੋਬਲਮ ਹੈ ਜਾਂ ਐਕਸਟ੍ਰੀਮ ਪ੍ਰੋਬਲਮ ਹੈ, ਤੁਸੀਂ ਸਾਡੀ ਐਪ ਦੇ ਥਰੂ ਸਾਡੇ ਨਾਲ ਡਿਸਕਸ ਕਰਕੇ ਜਾਂ ਐਜ਼ ਅ ਟੋਨਿਕ ਬਿਨਾਂ ਡਿਸਕਸ ਕੀਤੇ ਐਜ਼ ਅ ਡਾਇਟਰੀ ਸਪਲੀਮੈਂਟ ਇਹਦਾ ਸੇਵਨ ਤੁਸੀਂ ਕਰ ਸਕਦੇ ਹੋ, ਯੂ ਐਸ 'ਚ ਅਵੇਲੇਬਲ ਹੈ। ਇਸ ਤੋਂ ਇਲਾਵਾ ਅਗਰ ਪ੍ਰੋਬਲਮ ਬਹੁਤ ਵੱਧ ਗਈ ਹੈ, ਉਹਨੂੰ ਆਪਾਂ ਕਹਿੰਦੇ ਹਾਂ ਡਿਮੈਂਸ਼ੀਆ, ਜਦੋਂ ਮੈਮਰੀ ਲੋਸ ਬਹੁਤ ਵੱਧ ਜਾਂਦਾ ਵੈ, ਪੇਸ਼ੈਂਟ ਨੂੰ ਡਿਮੈਂਸ਼ੀਆ ਹੋ ਸਕਦਾ ਵੈ, ਪੇਸ਼ੈਂਟ ਨੂੰ ਐਲਜ਼ਾਈਮਰਸ ਡਿਜ਼ੀਜ਼ ਹੋ ਸਕਦਾ ਵੈ, ਇਹ ਉਹ ਐਕਸਟ੍ਰੀਮ ਕੰਡੀਸ਼ਨਸ ਨੇ ਜਦੋਂ ਬੰਦਾ ਆਪਣੇ ਘਰਦਿਆਂ ਨੂੰ ਵੀ ਭੁੱਲਣਾ ਸ਼ੁਰੂ ਹੋ ਜਾਂਦਾ ਵੈ। ਐਕਸਟ੍ਰੀਮ ਸਟੇਜ 'ਤੇ ਜਾ ਕਰਕੇ ਉਹਨੂੰ ਇਹ ਵੀ ਭੁੱਲ ਜਾਂਦਾ ਵੈ ਕਿ ਮੈਂ ਰੋਟੀ ਕਿਵੇਂ ਚਬਣੀ ਹੈ, ਇਹ ਪਾਣੀ ਮੈਂ ਪਾਣੀ ਕਿਵੇਂ ਪੀਣਾ ਵੈ, ਮੈਂ ਬਾਥਰੂਮ ਕਦੋਂ ਜਾਣਾ ਵੈ। ਉਸ ਐਕਸਟ੍ਰੀਮ ਕੇਸ 'ਚ ਆਪਾਂ ਐਡਵਾਈਸ ਕਰਦੇ ਹਾਂ ਕਿ ਵੀ ਫਿਰ ਥੈਰਾਪੈਟਿਕ ਟ੍ਰੀਟਮੈਂਟ ਦੀ ਲੋੜ ਹੈ। ਹੈਲਪਲਾਈਨਸ ਸਾਡੇ ਆ ਰਹੇ ਨੇ, ਉਸ ਕੇਸ 'ਚ ਤੁਸੀਂ ਸਾਡੇ ਨਾਲ ਕੁਨੈਕਟ ਕਰੋ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੇ ਪੇਸ਼ੈਂਟ ਨੂੰ ਆਪਾਂ ਆਪਣੇ ਕੋਲ ਦਾਖਲ ਕਰਕੇ ਇਲਾਜ ਕਰਦੇ ਹਾਂ। ਸਿੰਪਲ ਪੰਚਕਰਮਾ ਥੈਰੇਪੀਸ ਸਾਡੇ ਕੋਲ ਯੂ ਐਸ 'ਚ ਵੀ ਅਵੇਲੇਬਲ ਨੇ, ਬਟ ਐਕਸਟ੍ਰੀਮ ਕੇਸਿਸ ਜਿਹੜੇ ਇਹੋ ਜਿਹੇ ਕੇਸਿਸ ਨੇ, ਪੇਸ਼ੈਂਟ ਨੂੰ ਬਹੁਤ ਕੇਅਰ ਦੀ ਲੋੜ ਹੁੰਦੀ ਹੈ। ਉਸ ਕੇਸ 'ਚ ਪੇਸ਼ੈਂਟ ਨੂੰ ਆਪਾਂ ਆਪਣੇ ਕੋਲ ਦਾਖਲ ਕਰੀਦਾ ਵੈ, ਔਰ ਕੁਛ ਪੰਚਕਰਮਾ ਦੀਆਂ ਵਿਧੀਆਂ ਨੇ ਜਿਸ ਤਰ੍ਹਾਂ ਕਿ ਸ਼ਿਰੋਬਸਤੀ। ਸ਼ਿਰੋਬਸਤੀ 'ਚ ਕੀ ਕੀਤਾ ਜਾਂਦਾ, ਇੱਕ ਆਪਾਂ ਨਾ ਸਪੈਸ਼ਲ ਆਪਰੇਟਸ ਹੁੰਦਾ ਬੰਦੇ ਦੇ ਸਿਰ 'ਤੇ ਫਿਕਸ ਕਰ ਦਈਦਾ ਵੈ, ਔਰ 2.5 ਤੋਂ 3 ਲੀਟਰ ਮੈਡੀਕੇਟਿਡ ਦੇਸੀ ਘਿਓ ਉਹਦੇ ਸਿਰ ਦੇ ਉੱਪਰ ਧਾਰਨ ਕਰਵਾਈਦਾ ਵੈ, ਅੱਧੇ ਘੰਟੇ 1 ਘੰਟੇ ਵਾਸਤੇ। ਬੜੀ ਨਰਿਸ਼ਮੈਂਟ ਮਿਲਦੀ ਹੈ ਜੀ ਪੇਸ਼ੈਂਟ ਨੂੰ, ਸ਼ਿਰੋਬਸਤੀ ਹੈ। ਦੈਨ ਸ਼ਿਰੋਧਾਰਾ, ਸ਼ਿਰੋਧਾਰਾ ਤਾਂ ਸਾਰਿਆਂ ਨੇ ਦੇਖਿਆ ਹੁੰਦਾ, ਆਯੁਰਵੇਦ ਦੀ ਅਗਰ ਆਪਾਂ ਗੱਲ ਕਰੀਏ ਨਾ, ਤੇ ਅੱਜ ਕੱਲ੍ਹ ਬੈਨਰਸ ਤੇ ਸਭ ਕਿਤੇ ਮਟਕੇ 'ਚੋਂ ਤੇਲ ਗਿਰ ਰਿਹਾ ਹੁੰਦਾ ਵੈ ਮੱਥੇ ਦੇ ਉੱਪਰ, ਉਹ ਸ਼ਿਰੋਧਾਰਾ ਜੀ, ਬੜੇ ਟੈਕਨੀਕਲ ਤਰੀਕੇ ਨਾਲ ਉਹਨੂੰ ਕਰਨ ਦੀ ਲੋੜ ਹੈ। ਬੜਾ ਮਾਇਨੇ ਰੱਖਦਾ ਆਪਾਂ ਉਹਦੇ 'ਚ ਓਇਲਸ ਕਿਹੜੇ ਯੂਜ਼ ਕਰ ਰਹੇ ਹਾਂ, ਕਿਸ ਪੈਟਰਨ ਦੇ ਨਾਲ ਸ਼ਿਰੋਧਾਰਾ ਕਰ ਰਹੇ ਹਾਂ, ਉਹ ਬੰਦਾ ਕਰਵਾਉਂਦਾ ਸਾਡੇ ਕੋਲ ਆ ਕੇ। ਦੈਨ ਅਸਥਾਪਨ, ਅਨੁਵਾਸਨ, ਨਸਿਆਕਰਮ। ਨਸਿਆਕਰਮ 'ਚ ਕੀ ਹੁੰਦਾ ਵੈ ਕਿ ਨੱਕ ਦੇ ਰਾਹੀਂ ਕੁਛ ਮੈਡੀਕੇਟਿਡ ਓਇਲਸ ਅਤੇ ਮੈਡੀਕੇਟਿਡ ਘੀ ਡਰੋਪ ਵਾਈਜ਼ ਇੱਕ ਸਪੈਸ਼ਲ ਪੈਟਰਨ ਦੇ ਨਾਲ ਪੇਸ਼ੈਂਟ ਦੇ ਨੱਕ 'ਚ ਪਾਏ ਜਾਂਦੇ ਨੇ। ਹੁਣ ਨੱਕ ਜਿਹੜਾ ਵੈ ਇਹਨੂੰ ਸਿਰ ਦਾ ਦੁਆਰ ਮੰਨਿਆ ਗਿਆ ਵੈ। ਨੱਕ ਦੇ ਪਿੱਛੇ ਇੱਕ ਮਰਮ ਹੁੰਦਾ ਵਾ ਆਯੁਰਵੇਦ ਦੇ ਹਿਸਾਬ ਨਾਲ, ਜਿਹਨੂੰ ਸ਼ਰਿੰਗਾਟਕ ਮਰਮ ਕਹਿੰਦੇ ਨੇ। ਸ਼ਰਿੰਗਾਟਕ ਮਰਮ ਹੈ ਮੰਨਿਆ ਜਾਂਦਾ, ਜੇ ਉੱਥੇ ਤੱਕ ਕੋਈ ਚੀਜ਼ ਪਹੁੰਚਾਈ ਜਾਏ ਤਾਂ ਪੂਰੇ ਬ੍ਰੇਨ ਨੂੰ ਨਰਿਸ਼ਮੈਂਟ ਦਿੰਦੀ ਹੈ। ਇਸ ਕਰਕੇ ਨਸੇ ਦਾ ਬੜਾ ਰੋਲ ਹੈ। ਕੁਛ ਸਪੈਸ਼ਲ ਮੈਡੀਕੇਟਿਡ ਓਇਲਸ ਦੇ ਨਾਲ ਨਸਿਆ ਕ੍ਰਿਆ ਜਿਹੜੀ ਹੈ ਉਹ ਪੇਸ਼ੈਂਟ ਦੀ ਕੀਤੀ ਜਾਂਦੀ ਹੈ, ਤੇ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਜਿਹੜਾ ਵਾ ਲਾਭ ਉਠਾ ਸਕਦੇ ਹੋ ਜੀ ਸਰ। ਸੋ ਜੀ ਹੁਣ ਵੇਲਾ ਬ੍ਰੇਕ ਦਾ ਹੋ ਗਿਆ, ਬ੍ਰੇਕ ਲੈ ਕੇ ਆਉਂਦੇ ਹਾਂ, ਤੁਸੀਂ ਨੰਬਰ ਡਾਇਲ ਕਰ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੀ ਡਿਸਕਸ਼ਨ ਹੋਏਗੀ ਤੁਹਾਡੀ ਹੈਲਥ ਨੂੰ ਲੈ ਕੇ। ਸੋ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਹੈਲਥ ਪਲੱਸ ਸ਼ੋਅ ਦੇ ਵਿੱਚ, ਅਤੇ ਅੱਜ ਸਾਡੇ ਨਾਲ ਇੱਕ ਵਾਰ ਫਿਰ ਤੋਂ ਮੌਜੂਦ ਨੇ ਜੀ ਡਾਕਟਰ ਨਵਦੀਪ ਸ਼ਰਮਾ ਜੀ, ਵਿਸ਼ਵ ਪ੍ਰਸਿੱਧ ਆਯੁਰਵੈਦਿਕ ਚਿਕਿਤਸਕ ਨੇ। ਸੋ ਜੀ PhD ਕੀਤੀ ਹੋਈ ਆ ਉਹਨਾਂ ਨੇ, ਅਤੇ ਆਯੁਰਵੈਦਿਕ ਸਪੈਸ਼ਲਿਸਟ ਨੇ, ਬਹੁਤ ਸਾਲ ਹੋ ਗਏ ਨੇ ਹਰ ਤਰ੍ਹਾਂ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਕਰ ਚੁੱਕੇ ਨੇ। ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਉਹ ਆਯੁਰਵੈਦ ਨੂੰ ਰੀਪ੍ਰਜੈਂਟ ਕਰ ਚੁੱਕੇ ਨੇ। ਸੋ ਜੀ ਬਹੁਤ ਵੱਡੇ ਲੈਵਲ 'ਤੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਆਯੁਰਵੈਦ ਨੂੰ ਉਹ ਲੈ ਕੇ ਗਏ ਨੇ। ਸੋ ਅੱਜ ਇੱਕ ਵਾਰ ਫਿਰ ਤੋਂ ਉਹ ਸਾਡੇ ਸ਼ੋਅ ਦੇ ਵਿੱਚ ਲਾਈਵ ਮੌਜੂਦ ਨੇ। ਲਾਈਵ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਡਿਸਕਸ਼ਨ ਕਰ ਸਕਦੇ ਹੋ ਆਪਣੇ ਹੈਲਥ ਇਸ਼ੂਜ਼ ਨੂੰ ਲੈ ਕੇ। USA ਦੇ ਵਿੱਚ ਬਹੁਤ ਸਾਰੇ ਸੈਂਟਰਸ ਉਹਨਾਂ ਦੇ ਅਵੇਲੇਬਲ ਹੈਗੇ ਨੇ। ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸੈਂਟਰ ਹੈਗਾ ਜਿੱਥੇ ਕਿ ਇਨਡੋਰ ਬਹੁਤ ਤਰ੍ਹਾਂ ਦੀਆਂ ਆਯੁਰਵੈਦਿਕ ਜਿਹੜੀਆਂ ਹੈਗੀਆਂ ਨੇ ਬਹੁਤ ਵੱਡੇ ਲੈਵਲ 'ਤੇ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਕਿ ਵੱਡੀ ਤੋਂ ਵੱਡੀ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਕੀਤਾ ਜਾਂਦਾ। ਸੋ ਬ੍ਰੇਕ ਤੋਂ ਬਾਅਦ ਵੈਲਕਮ ਕਰ ਲੈਂਦੇ ਆ, ਵੈਲਕਮ ਹੈ ਸਰ। ਸੋ ਸਰ ਮੈਮਰੀ ਲੋਸ ਨੂੰ ਗੱਲ ਲੈ ਕੇ ਗੱਲ ਹੋ ਰਹੀ ਸੀ, ਪਰ ਪਹਿਲਾਂ ਕਾਲਰ ਲੈ ਲੈਂਦੇ ਆਪਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਤਿਲ ਦਾ ਤੇਲ ਲੈਣਾ ਜੀ ਤੁਸੀਂ?
ਮਿੱਠਾ ਤੇਲ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਵਾਰੀ ਫੇਰ ਬੋਲਦਾ ਸੀ ਕੀ ਕਿਲੋ ਤਿਲਾਂ ਦਾ ਤੇਲ, ਤੁਸੀਂ ਤਿਲਾਂ ਦਾ ਤੇਲ 50 ਗ੍ਰਾਮ ਹਿੰਗ, ਬਿਲਕੁਲ ਜੀ, ਤੇ ਨਾਲ ਦੁੱਧ ਮਿਲਕ, ਤਿਲਾਂ ਦਾ ਤੇਲ 50 ਗ੍ਰਾਮ ਹਿੰਗ ਤੇ ਦੁੱਧ ਨਾਲ ਜੀ, ਦੁੱਧ 300 ਗ੍ਰਾਮ, 300 ਗ੍ਰਾਮ ਆਪਣੇ ਲਾਈਫ ਸਟਾਈਲ ਦੇ ਵਿੱਚ, ਪਰ ਕਾਮਨ ਚੀਜ਼ਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ, ਕਿਹਾ ਜਾਂਦਾ ਕਿ ਮੈਮਰੀ ਲੋਸ ਹੋ ਰਹੀ ਹੈ, ਸਿਰ ਦੇ ਵਿੱਚ ਤੇਲ ਦੀ ਮਾਲਿਸ਼ ਕਰ ਲਓ, ਬਦਾਮ ਖਾ ਲਓ, ਯਾਦਾਸ਼ ਤੇਜ਼ ਹੋਏਗੀ, ਸੋ ਏਦਾਂ ਦੀਆਂ ਕਿਹੜੀਆਂ ਕਾਮਨ ਚੀਜ਼ਾਂ ਨੂੰ ਆਪਾਂ ਐਡ ਕਰ ਸਕਦੇ ਹਾਂ? ਵੀ ਬਹੁਤ ਫਾਇਦਾ ਹੈ, ਔਰ ਤੇਲ ਦੀ ਆਪਾਂ ਗੱਲ ਕੀਤੀ ਹੈ, ਤੇਲ ਦੇ ਅੰਦਰ ਬ੍ਰਹਮੀ ਦਾ ਤੇਲ ਵੀ ਮਾਰਕੀਟ 'ਚ ਅਵੇਲੇਬਲ ਹੈ, ਆਮਲੇ ਦਾ ਤੇਲ ਵੀ ਮਾਰਕੀਟ 'ਚ ਅਵੇਲੇਬਲ ਹੈ, ਅਗਰ ਆਪਾਂ ਮੈਡੀਕੇਟਡ ਆਇਲਸ ਦੀ ਗੱਲ ਕਰੀਏ ਤੇ ਆਯੁਰਵੈਦਿਕ ਹਿਮਸਾਗਰ ਤੇਲ, ਬ੍ਰਹਮੀ ਤੇਲ, ਇਹ ਤੁਸੀਂ ਜਿਹੜਾ ਜਦੋਂ ਵੀ ਲਗਾਉਣਾ ਹੋਵੇ ਮੈਮਰੀ ਲੋਸ ਵਾਸਤੇ ਪੈਟਿੰਗ ਕਰਨੀ ਹੈ, ਨੋਰਮਲੀ ਚਸਣਾ ਪੈਟ ਕਰਨਾ, ਪੁਰਾਣੇ ਜ਼ਮਾਨੇ 'ਚ ਜਦੋਂ ਆਪਾਂ ਆਇਲ ਸਾਡੀਆਂ ਨਾਨੀਆਂ ਦਾਦੀਆਂ ਲਗਾਉਂਦੀਆਂ ਸੀ ਨਾ, ਤਾਂ ਪੈਟਿੰਗ ਕਰਕੇ ਹਲਕਾ ਹਲਕਾ ਪ੍ਰੈਸ਼ਰ ਦੇ ਨਾਲ ਮਾਰ ਮਾਰ ਕੇ ਸਿਰ 'ਤੇ ਲਗਾਉਂਦੀਆਂ ਸੀ, ਅੱਜ ਦੀ ਡੇਟ 'ਚੋਂ ਕਲਚਰ ਚਲੇ ਗਿਆ, ਆਪਾਂ ਆਇਲ ਵੀ ਲਗਾਉਂਦੇ ਹਾਂ ਅਤੇ ਹਲਕਾ ਜਿਹਾ ਚੱਸ ਲੈਂਦੇ ਹਾਂ, ਉਹਦਾ ਫਾਇਦਾ ਨਹੀਂ, ਸਿਰ 'ਚ ਪੈਟਿੰਗ ਕਰਨੀ ਹੈ ਜੀ ਆਇਲ ਦੀ, ਉਹਦੇ ਨਾਲ ਸਿਰ 'ਚੋਂ ਵਾਯੂ ਜਿਹੜਾ ਵਾ ਉਹ ਬਾਹਰ ਜਾਂਦਾ ਵਾ, ਬਹੁਤ ਫਾਇਦਾ ਹੁੰਦਾ ਵਾ ਆਇਲ ਦੇ ਨਾਲ। ਬਦਾਮ ਦੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਬਦਾਮ ਬਹੁਤ ਚੰਗੇ ਨੇ ਬ੍ਰੇਨ ਵਾਸਤੇ, ਲੇਕਿਨ ਭਿਉਂਏ ਹੋਏ ਬਦਾਮ, ਬਦਾਮ ਬਿਨਾਂ ਭਿਉਂਏ ਨਹੀਂ ਖਾਣੇ, ਜਦੋਂ ਵੀ ਬਦਾਮ ਆਪਾਂ ਭਿਉਂ ਕੇ ਖਾਂਦੇ ਹਾਂ ਉਹਨਾਂ ਦੀ ਤਾਸੀਰ ਬਦਲ ਜਾਂਦੀ ਹੈ, ਹੁਣ ਉਹ ਸਾਡੇ ਬ੍ਰੇਨ ਵਾਸਤੇ ਚੰਗੇ ਹੁੰਦੇ ਨੇ, ਇਸ ਕਰਕੇ ਅਗਰ ਮੈਮਰੀ ਲੋਸ ਹੋ ਰਿਹਾ ਵਾ ਕੋਸ਼ਿਸ਼ ਕਰੋ 3 ਤੋਂ 5 ਬਦਾਮ ਰਾਤੀ ਪਿਓ ਅਤੇ ਉਹਨਾਂ ਦਾ ਛਿਲਕਾ ਉਤਾਰ ਕੇ ਸਵੇਰੇ ਖਾਓ। ਤੀਸਰੀ ਚੀਜ਼ ਚਾਰੇ ਮਗਜ਼, ਚਾਰੇ ਮਗਜ਼ ਇੱਕ ਕੋਮਨ ਚੀਜ਼ ਹੈ, ਉਹਦੇ 'ਚੋਂ ਕੋਮਨ ਜਿਹੜਾ ਸਭ ਤੋਂ ਕੋਮਨ ਹੈ ਉਹ ਖੀਰੇ ਦੇ ਬੀਜ ਨੇ, ਕੱਦੂ ਦੇ ਬੀਜ ਨੇ, ਤਰਬੂਜ ਦੇ ਬੀਜ, ਇਹ ਸਾਰੇ ਬੀਜ ਇੱਕ ਤਰ੍ਹਾਂ ਦੇ ਵੀ ਜਾਂ ਚਾਰੋਂ ਮਿਕਸ ਕਰਕੇ ਵੀ ਤੁਸੀਂ ਜਿਹੜਾ ਵੈ ਇਹਦਾ ਇਸਤੇਮਾਲ ਕਰ ਸਕਦੇ ਹੋ, ਬਹੁਤ ਵਧੀਆ ਬ੍ਰੇਨ ਵਾਸਤੇ। ਔਰ ਇੱਕ ਕੋਮਨ ਚੀਜ਼ ਜਿਹੜੀ ਕਿ ਮੈਂ ਐਸੀਡਿਟੀ 'ਚ ਵੀ ਹਮੇਸ਼ਾ ਕਹਿੰਦਾ ਵਾਂ, ਪੇਠਾ, ਪੇਠਾ ਬਹੁਤ ਹੀ ਵਧੀਆ ਚੀਜ਼ ਹੈ ਬ੍ਰੇਨ ਨੂੰ ਜਿਹੜਾ ਵੈ ਇੰਟਲੈਕਟ ਨੂੰ ਪ੍ਰਮੋਟ ਕਰਨ ਵਾਸਤੇ, ਅਤੇ ਪੇਠੇ ਦਾ ਯੂਜ ਵੀ ਕੀਤਾ ਜਾ ਸਕਦਾ, ਪੇਠਾ ਤਾਂ ਦੇਖੋ ਸਵਾਦ ਵੀ ਹੈ, ਮਿਠਾਈ ਦੇ ਫੋਰਮ 'ਚ ਵੀ ਪੇਠਾ ਆਮ ਮਿਲ ਜਾਂਦਾ ਵੈ, ਪੇਠੇ ਦਾ ਇਸਤੇਮਾਲ ਸਬਜ਼ੀ ਦੇ ਫੋਰਮ 'ਚ, ਸਬਜ਼ੀ ਤੁਹਾਨੂੰ ਬਹੁਤੀ ਸਵਾਦ ਨਾ ਲੱਗੇ ਅਤੇ ਮਿਠਾਈ ਦੇ ਫੋਰਮ 'ਚ ਤੁਸੀਂ ਇਸਤੇਮਾਲ ਕਰੋ, ਇੱਕ ਕਾਮਨ ਜੀ ਚੀਜ਼ਾਂ ਵੀ ਅਗਰ ਤੁਸੀਂ ਕਰੋਗੇ ਨਾ ਜੀ ਤੇ ਸਿੰਪਲ ਮੈਮਰੀ ਲੋਸ ਤੇ ਆਪਣੇ ਆਪ ਹੀ ਠੀਕ ਹੋ ਜਾਣਾ, ਜਿੱਦਾਂ ਸਟਾਰਟ ਹੋ ਜਾਂਦਾ ਆਪਾਂ ਕਹਿੰਦੇ ਛੋਟੀਆਂ ਛੋਟੀਆਂ ਚੀਜ਼ਾਂ ਭੁੱਲ ਜਾਂਦੇ, ਉਹ ਆਪਣੇ ਆਪ ਠੀਕ ਹੋ ਜਾਣਾ, ਉਹਦੇ ਵਾਸਤੇ ਤੁਹਾਨੂੰ ਦਵਾਈਆਂ ਦੀ ਲੋੜ ਨਹੀਂ ਪੈਣੀ ਹੈ। ਬਿਲਕੁਲ ਜੀ, ਸੋ ਸਰ ਕਾਲਰ ਲੈ ਲੈਂਦੇ ਆ ਪਹਿਲਾਂ। ਹੈਲੋ, 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 ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕੀ ਪੁੱਛਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜਿੰਦਰ ਬਾਲਵਾ ਜੀ, ਤੇ ਮੈਂ ਅੱਜ ਤੱਕ ਪ੍ਰੋਗਰਾਮ ਦੇਖ ਰਹੀ ਹਾਂ ਤੇ ਮੈਨੂੰ ਥੋੜੀ ਨਾ ਆਰਥਰਾਈਟਿਸ ਦਾ ਪ੍ਰੋਬਲਮ ਆ ਹੱਥਾਂ ਵਿੱਚ। ਹਾਂਜੀ ਹਾਂਜੀ, ਓਕੇ, ਤੇ ਮੈਂ ਹਾਂਜੀ ਤੇ ਮੈਂ ਉਹ ਦੇਖਣਾ ਉਹ ਜਾਣਨਾ ਚਾਹੁੰਦੀ ਹਾਂ ਕਿ ਉਹਦਾ ਵੀ ਕੋਈ ਇਲਾਜ ਹੈਗਾ, ਕਿਉਂਕਿ ਮੈਂ ਨਾ ਹੌਲੀ ਹੌਲੀ ਕਰਕੇ ਪ੍ਰੈਡਨਿਸਲੋਨ ਦੀ ਡੋਜ਼ ਨੂੰ ਘਟਾਵਾਂਗੇ, ਫਿਰ ਆਪਾਂ ਜਿਹੜਾ ਵਾ ਨੈਚੁਰਲੀ ਜਿਹੜਾ ਵਾ ਤੁਹਾਨੂੰ ਠੀਕ ਕਰ ਪਾਵਾਂਗੇ। ਦੇਖੋ ਤੁਸੀਂ ਜਿਹੜੀ ਮੈਂ ਨੈਸ਼ਨਲ ਚੀਜ਼ਾਂ ਦੱਸਦਾ ਵਾਂ ਘਰ ਦੀਆਂ, ਉਹਦੇ 'ਚ ਤਾਂ ਸੁੰਡ ਤੁਹਾਡੇ ਵਾਸਤੇ ਬਹੁਤ ਚੰਗੀ ਹੈ, ਅਗਰ ਗਰਮ ਚੀਜ਼ਾਂ ਤੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਆਪਣੇ ਘਰ ਦੇ ਅੰਦਰ ਹੀ ਤਕਰੀਬਨ 50 ਗ੍ਰਾਮ ਸੁੰਡ, ਤਕਰੀਬਨ 100 ਗ੍ਰਾਮ ਮੇਥਰੇ ਅਤੇ ਤੀਜਾ ਕਲੌਂਜੀ ਤਕਰੀਬਨ 30 ਗ੍ਰਾਮ, ਇਹਨਾਂ ਨੂੰ ਤੁਸੀਂ ਮਿਕਸ ਕਰ ਲਵੋ, ਇਹਦੇ 'ਚ ਤੁਸੀਂ ਮਾੜੀ ਜਿਹੀ ਹਲਦੀ ਵੀ ਪਾ ਸਕਦੇ ਹੋ, ਇਹ ਤੁਸੀਂ ਚਮਚੇ ਦਾ ਅੱਧਾ ਹਿੱਸਾ ਸਵੇਰੇ ਅਤੇ ਅੱਧਾ ਹਿੱਸਾ ਸ਼ਾਮੀ ਯੂਜ਼ ਕਰਨੀ ਸ਼ੁਰੂ ਕਰੋ, ਇਹ ਕੋਮਨ ਚੀਜ਼, ਬਟ ਕਿਉਂਕਿ ਤੁਸੀਂ ਸਟੀਰੋਇਡਸ ਖਾ ਰਹੇ ਹੋ ਇਹਦਾ ਮਤਲਬ ਤੁਹਾਡਾ ਆਰਥਰਾਈਟਿਸ ਐਡਵਾਂਸਡ ਹੈ, ਉਸ ਕੇਸ 'ਚ ਇੱਕ ਕੰਬੀਨੇਸ਼ਨ ਆਉਂਦਾ ਜੀ ਰਿਮੋ ਕੇਅਰ ਦੇ ਨਾਮ ਦੇ ਨਾਲ, ਉਹ USA 'ਚ ਅਵੇਲੇਬਲ ਹੈ ਰਿਮੋ ਕੇਅਰ, ਕੋਸ਼ਿਸ਼ ਕਰੋ ਤੁਸੀਂ 2 ਰਿਮੋ ਕੇਅਰ ਸਵੇਰੇ ਅਤੇ 2 ਰਿਮੋ ਕੇਅਰ ਸ਼ਾਮੀ ਖਾਣੇ ਸ਼ੁਰੂ ਕਰੋ, ਤੁਹਾਨੂੰ ਸਭ ਤੋਂ ਪਹਿਲਾਂ ਬਦਲਾਅ ਜਿਹੜਾ ਨਜ਼ਰ ਆਏਗਾ ਜੀ ਉਹ ਸਟਿਫਨੈਸ 'ਚ ਨਜ਼ਰ ਆਏਗਾ। ਤੁਸੀਂ ਸਾਡੀ ਮੋਬਾਈਲ ਐਪ ਡਾਊਨਲੋਡ ਕਰ ਸਕਦੇ ਹੋ, ਹੈਲਪਲਾਈਨ ਨੰਬਰਸ ਤੁਹਾਡੇ ਕੋਲ ਨੇ, ਇਸ ਤੋਂ ਇਲਾਵਾ 15 ਤਰੀਕ ਤੋਂ ਬਾਅਦ ਮੈਂ ਉੱਥੇ ਆਉਣਾ ਵੀ ਹੈ, ਕੋਸ਼ਿਸ਼ ਕਰੋ ਕਿ ਆਪਾਂ ਉਦੋਂ ਤੀਕਰ ਆਪਣੇ ਆਪ ਨੂੰ ਥੋੜ੍ਹਾ ਜਿਹਾ ਠੀਕ ਕਰ ਸਕੀਏ।
ਤੇ ਉਦੋਂ ਜਦੋਂ ਮੈਂ ਆਵਾਂ ਫਿਰ ਤੁਹਾਡੀ ਪ੍ਰੈਡਨੀ ਸਲੋਨ ਨੂੰ ਆਪਾਂ ਘਟਾਉਣਾ ਸ਼ੁਰੂ ਕਰੀਏ ਤਰੀਕੇ ਦੇ ਨਾਲ, ਤਾਂ ਕਿ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਵੀ ਨਾ ਹੋਏ ਤੇ ਹੌਲੀ ਹੌਲੀ ਤੁਸੀਂ ਛੁੱਟ ਵੀ ਸਕੋ ਇਸ ਪ੍ਰੈਡਨੀ ਸਲੋਨ ਤੋਂ। ਸੋ ਠੀਕ ਹੈ ਜੀ, ਤੁਸੀਂ ਬਾਕੀ ਹੋਰ ਵੀ ਕੋਈ ਵੀ ਕਨਫਿਊਜ਼ਨ ਹੋਈ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਤੇ ਕਾਲ ਕਰ ਲੈਣਾ, ਠੀਕ ਹੈ ਜੀ। ਅਪੋਇੰਟਮੈਂਟ ਫਿਕਸ ਕਰ ਲਿਓ, ਜਿਹੜੀ ਮੈਡੀਸਿਨ ਇਹਨਾਂ ਨੇ ਦੱਸੀ ਹੈਗੀ ਆ ਰਿਊਮੋਕੇਅਰ, ਠੀਕ ਹੈ, ਇਹਨੂੰ ਆਰਡਰ ਕਰ ਸਕਦੇ ਹੋ ਘਰ ਬੈਠੇ ਮੇਰੇ ਖਿਆਲ ਚ ਪਾ ਸਕਦੇ ਹੋ। ਬਿਲਕੁਲ ਜੀ, ਤੁਸੀਂ ਇਹ ਯੂਜ਼ ਕਰ ਸਕਦੇ ਹੋ। ਬਾਕੀ ਦੇਖੋ ਬਿਲਕੁਲ ਘਬਰਾਉਣ ਦੀ ਗੱਲ ਨਹੀਂ ਹੈ, ਆਪਾਂ ਹੌਲੀ ਹੌਲੀ ਕਰਕੇ ਪ੍ਰੈਡਨੀ ਸਲੋਨ ਜਿਹੜੀ ਇਹਨੂੰ ਬੰਦ ਕਰਾਂਗੇ, ਕਿਉਂਕਿ ਉਹਦੇ ਸਰੀਰ ਨੂੰ ਸਟੀਰੋਇਡਸ ਦੇ ਤੇ ਬਹੁਤ ਨੁਕਸਾਨ ਨੇ, ਇਹਨਾਂ ਨੂੰ ਆਪਾਂ ਹੌਲੀ ਹੌਲੀ ਕਰਕੇ ਬੰਦ ਕਰਾਂਗੇ ਜੀ। ਦੇਖੋ ਜਦੋਂ ਵੀ ਸਟੀਰੋਇਡਸ ਯੂਜ਼ ਕੀਤੇ ਜਾਣਗੇ, ਸਟੀਰੋਇਡਸ ਬੋਡੀ ਨੂੰ ਤਾਂ ਨੁਕਸਾਨ ਕਰਦੇ ਹੀ ਕਰਦੇ ਨੇ, ਲੀਵਰ ਨੂੰ ਤਾਂ ਬਹੁਤ ਹੀ ਨੁਕਸਾਨ ਕਰਦੇ ਨੇ। ਅਗਰ ਤੁਹਾਡਾ ਫੈਟੀ ਲੀਵਰ ਹੈ ਤਾਂ ਹੋਰ ਜ਼ਰੂਰੀ ਹੋ ਜਾਂਦਾ ਕਿ ਪ੍ਰੈਡਨੀ ਸਲੋਨ ਨੂੰ ਆਪਾਂ ਘਟਾ ਸਕੀਏ। ਜਦੋਂ ਆਪਾਂ ਪ੍ਰੈਡਨੀ ਸਲੋਨ ਘਟਾਈ ਬਿਨਾਂ ਦਵਾਈਆਂ ਤੋਂ ਹੀ ਫੈਟੀ ਲੀਵਰ ਤੁਹਾਡਾ ਜਿਹੜਾ ਬੈਟਰ ਹੋਣਾ ਸ਼ੁਰੂ ਹੋ ਜਾਣਾ। ਆਪਣੀ ਬਿਮਾਰੀ ਦੱਸ ਦੇਣਾ, ਅੱਗੇ ਪੂਰੀ ਹੈਲਪ ਕੀਤੀ ਜਾਏਗੀ ਤੁਹਾਡੀ, ਠੀਕ ਹੈ ਜੀ। ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸੋ ਆਪਾਂ ਜਿਹੜੀਆਂ ਇਹਨਾਂ ਨੇ ਬਿਮਾਰੀਆਂ ਦੱਸੀਆਂ ਨੇ ਇਹਨਾਂ 'ਤੇ ਆਲਰੇਡੀ ਡਿਸਕਸ਼ਨ ਕਰ ਚੁੱਕੇ ਹਾਂ, ਤੁਸੀਂ ਦੱਸਿਆ ਸੀਗਾ ਕਿ ਬਹੁਤ ਜ਼ਿਆਦਾ ਖਤਰਨਾਕ ਜਿਹੜਾ ਹੌਲੀ ਹੌਲੀ ਰੂਪ ਧਾਰਨ ਕਰ ਲੈਂਦੀਆਂ ਨੇ। ਸੋ ਸਰ, ਮੈਮਰੀ ਲੋਸ 'ਤੇ ਗੱਲ ਹੋ ਰਹੀ ਸੀਗੀ, ਕੋਮਨ ਚੀਜ਼ਾਂ ਤੁਸੀਂ ਦੱਸ ਰਹੇ ਸੀਗੇ, ਸੋ ਇਹਨਾਂ ਚੀਜ਼ਾਂ ਨੂੰ ਆਪਾਂ ਐਡ ਔਨ ਕਰ ਸਕਦੇ ਹਾਂ ਆਪਣੇ। ਅਤੇ ਹੋਰ ਸਰ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਅਲਜ਼ਾਈਮਰ ਦੀ ਗੱਲ ਕੀਤੀ ਸੀਗੀ, ਇਹ ਕੀ ਚੀਜ਼ ਹੈਗੀ ਆ? ਅਲਜ਼ਾਈਮਰ ਇੱਕ ਬਹੁਤ ਡੇਂਜਰਸ ਬਿਮਾਰੀ ਹੈ ਜਿਹੜੀ ਅੱਜ ਦੀ ਡੇਟ 'ਚ ਵੱਧ ਰਹੀ ਹੈ। ਇਹੀ ਮੈਮਰੀ ਲੋਸ ਜਦੋਂ ਇੰਨਾ ਐਕਸਟ੍ਰੀਮ ਰੂਪ ਧਾਰਨ ਕਰ ਲੈਂਦਾ ਵੈ ਕਿ ਬੰਦਾ ਆਪਣੇ ਘਰਦਿਆਂ ਨੂੰ ਭੁੱਲ ਜਾਂਦਾ ਵੈ, ਹਕੀਕਤ ਤੋਂ ਪਰੇ ਚਲੇ ਜਾਂਦਾ ਵੈ। ਸ਼ੁਰੂਆਤ ਹੁੰਦੀ ਹੈ ਜੀ ਅਲਜ਼ਾਈਮਰਸ ਦੀ ਕਿ ਜੇ 24 ਘੰਟੇ ਨੇ ਤਾਂ ਬੰਦੇ ਨੂੰ 4 ਘੰਟੇ ਵਿੱਚੋਂ ਕੁਛ ਯਾਦ ਨਹੀਂ ਹੋਏਗਾ ਕਿ ਮੇਰੇ ਘਰ ਦੇ ਕੌਣ ਨੇ, ਮੇਰੇ ਇਹ ਬੱਚੇ ਨੇ, ਮੈਂ ਕੌਣ ਹਾਂ, ਮੈਂ ਕੀ ਕੀਤਾ ਵੈ। ਹੌਲੀ ਹੌਲੀ ਕਰਕੇ ਉਹ ਜਿਹੜਾ ਭੁੱਲਣ ਵਾਲਾ ਫੇਜ਼ ਹੈ ਉਹਦਾ ਟਾਈਮ ਵੱਧਦਾ ਜਾਏਗਾ। ਐਕਸਟ੍ਰੀਮ ਕੇਸਿਸ 'ਚ ਬੰਦੇ ਨੂੰ 1 ਘੰਟਾ ਯਾਦ ਆਏਗਾ ਜਾਂ ਪੂਰਾ ਦਿਨ ਹੀ ਯਾਦ ਨਹੀਂ ਆਏਗਾ ਕਿ ਮੈਂ ਹੈ ਕੌਣ, ਉਹ ਪੂਰਾ ਹੀ ਭੁੱਲ ਜਾਂਦਾ ਵਾ, ਉਹਨੂੰ ਅਲਜ਼ਾਈਮਰਸ ਕਹਿੰਦੇ ਨੇ। ਉਹਦੇ ਵਿੱਚ ਵੀ ਸ਼ੁਰੂ 'ਚ ਲੋਕ ਸੀਰੀਅਸਲੀ ਨਹੀਂ ਲੈਂਦੇ, ਅਦਰਵਾਈਜ਼ ਅਲਜ਼ਾਈਮਰਸ ਤਾਂ ਖਾਸ ਤੌਰ 'ਤੇ ਇੱਕ ਐਸਾ ਰੋਗ ਹੈ ਜਿਹਨੂੰ ਬੜਾ ਹੀ ਵਧੀਆ ਰਿਜ਼ਲਟ ਆਯੁਰਵੇਦ 'ਚ ਮਿਲ ਜਾਂਦਾ ਵਾ। ਬਿਲਕੁਲ, ਉਹਦੇ 'ਚ ਮੇਥੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਵਾ। ਓਕੇ, ਅਗਰ ਅਲਜ਼ਾਈਮਰਸ ਦੀ ਬਿਮਾਰੀ ਕਿਸੇ ਨੂੰ ਆ ਰਹੀ ਹੈ, ਕੋਸ਼ਿਸ਼ ਕਰੋ ਹਫ਼ਤੇ 'ਚ 2 ਜਾਂ 3 ਵਾਰੀ ਮੇਥੀ ਜ਼ਰੂਰ ਖਵਾਓ। ਸ਼ੁਰੂ 'ਚ ਹੀ ਅਗਰ ਆਪਾਂ ਮੇਥੀ ਖਵਾਵਾਂਗੇ ਤਾਂ ਅਲਜ਼ਾਈਮਰਸ ਚੈੱਕ ਹੋ ਜਾਂਦਾ ਵਾ। ਬਾਕੀ ਅਲਜ਼ਾਈਮਰਸ ਵਾਸਤੇ ਆਯੁਰਵੇਦ 'ਚ ਮੈਡੀਸਿਨਸ ਅਤੇ ਥੈਰੇਪੀਜ਼ ਦੋਨੋਂ ਅਵੇਲੇਬਲ ਨੇ, ਬਟ ਅਲਜ਼ਾਈਮਰਸ ਦੇ ਪੇਸ਼ੈਂਟ ਨੂੰ ਮੈਂ ਹਮੇਸ਼ਾ ਰਿਕਮੈਂਡ ਕਰਦਾ ਵਾਂ ਕਿ ਇਕੱਲੀ ਦਵਾਈ ਦੇ ਨਾਲੋਂ ਵੀ ਤੁਸੀਂ ਅਗਰ ਥੈਰੇਪੀ ਨਾਲ ਕਰਵਾਉਂਦੇ ਹੋ ਰਿਜ਼ਲਟਸ ਜਲਦੀ ਆ ਜਾਂਦੇ ਨੇ, ਬੰਦਾ ਦੁਬਾਰਾ ਆਪਣੀ ਨੋਰਮਲ ਲਾਈਫ 'ਚ ਥੋੜ੍ਹਾ ਜਲਦੀ ਲੌਟ ਆਉਂਦਾ ਵਾ। ਜੀ ਸੋ ਸਰ, ਕਾਲਰ ਲੈ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਹਰ ਤੇਲ ਦੀ ਆਪਣੀ ਇੱਕ ਕੁਆਲਿਟੀ ਹੈ ਜਿਹੜੀ ਸਰੀਰ ਨੂੰ ਲਾਭ ਪਹੁੰਚਾਉਂਦੀ ਹੈ। ਸਰੋਂ ਦਾ ਤੇਲ ਜਿਹੜਾ ਵਾ ਉਹ ਮੈਮਰੀ ਵਾਸਤੇ ਮਾੜਾ ਨਹੀਂ ਹੈ ਅਗਰ ਆਪਾਂ ਖਾਣ 'ਚ ਇਸਤੇਮਾਲ ਕਰ ਰਹੇ ਹਾਂ, ਲੇਕਿਨ ਉਹਦਾ ਕੋਈ ਖਾਸ ਰੋਲ ਨਹੀਂ ਹੈ ਸਾਡੀ ਮੈਮਰੀ ਨੂੰ ਵਧਾਉਣ ਵਾਸਤੇ। ਮੈਮਰੀ ਨੂੰ ਵਧਾਉਣ ਵਾਸਤੇ ਜਿਸ ਤਰ੍ਹਾਂ ਮਾਲਿਸ਼ ਵਗੈਰਾ ਸਰੋਂ ਦੇ ਤੇਲ ਦੀ ਕਰੀ ਦੀ ਉਹ ਵੀ ਠੀਕ ਆ ਕਿ ਨਹੀਂ? ਬਿਲਕੁਲ ਕਰ ਸਕਦੇ ਹਾਂ ਜੀ, ਬਿਲਕੁਲ ਕਰ ਸਕਦੇ ਹਾਂ ਮਾਲਿਸ਼, ਕਿਸੇ ਵੀ ਤੇਲ ਦੀ ਕੀਤੀ ਜਾਏ, ਸਰੋਂ ਦੇ ਤੇਲ ਦੀ ਵੀ ਕੀਤੀ ਜਾਏ, ਸਾਡੇ ਸਿਰ ਵਾਸਤੇ ਚੰਗੀ ਹੈ। ਅਦਰਵਾਈਜ਼ ਵੀ ਸਾਡੇ ਪੰਜਾਬੀਆਂ ਨੂੰ, ਕਿਉਂਕਿ ਸਰੋਂ ਦਾ ਤੇਲ ਸਭ ਤੋਂ ਕਾਮਨ ਯੂਜ਼ ਕੀਤਾ ਜਾਂਦਾ, ਸਾਡੇ ਜੀਨਸ ਅੰਦਰ ਸਰੋਂ ਦਾ ਤੇਲ ਦਾ ਇਸਤੇਮਾਲ ਹੈ, ਸਾਡੇ ਵਾਸਤੇ ਸਰੋਂ ਦਾ ਤੇਲ ਬੜਾ ਫਾਇਦਾ ਕਰੇਗਾ, ਕਿਉਂਕਿ ਕੁਦਰਤ ਨੇ ਸਾਡੀ ਪੀੜ੍ਹੀਆਂ ਦਰ ਪੀੜ੍ਹੀ ਸਾਨੂੰ ਸਰੋਂ ਦਾ ਤੇਲ ਖਾਣ ਦੀ ਆਦਤ ਪਾਈ ਹੋਈ ਹੈ। ਬਟ ਸਿਰ 'ਚ ਲਗਾਉਣ ਵਾਸਤੇ ਆਪਾਂ ਨਾਲ ਕੋਸ਼ਿਸ਼ ਕਰਨੀ ਹੈ ਕਿ ਬਦਾਮ ਰੋਗਨ ਉਸ ਤੋਂ ਵੱਧ ਫਾਇਦਾ ਕਰੇਗਾ, ਉਹ ਨਾਲ ਜ਼ਰੂਰ ਇਸਤੇਮਾਲ ਕਰਨਾ ਵਾ ਆਪਾਂ ਮੈਮਰੀ ਵਾਸਤੇ। ਬਾਕੀ ਸਰੋਂ ਦਾ ਤੇਲ ਬਹੁਤ ਚੰਗਾ ਤੇਲ ਹੈ, ਤੁਸੀਂ ਇਹਦਾ ਇਸਤੇਮਾਲ ਜਾਰੀ ਰੱਖੋ ਜੀ। ਓਕੇ, ਥੈਂਕ ਯੂ ਸੋ ਮੈਮਰੀ ਤਾਂ ਮੇਰੀ ਬਹੁਤ ਤੇਜ਼ ਆ, ਬਦਾਮ ਹੀ ਖਾਂਦਾ ਵਾਂ ਰੋਜ਼। ਹਾਂਜੀ ਹਾਂਜੀ,
ਮਾਰਸ਼ ਵਗੈਰਾ ਵੀ ਰੋਜ਼ ਕਰਦਾ ਮਤਲਬ ਕੀ ਰਨਿੰਗ ਵੀ ਕਰਦਾ ਵਾ ਸਭ ਕੁਝ ਕਰਦਾ ਬਹੁਤ ਵਧੀਆ ਗੱਲ ਹੈ ਜੀ ਮੈਂ ਕੈਲੀਫੋਰਨੀਆ ਜਦੋਂ ਪਿੱਛੇ ਆਇਆ ਸੀ ਮੈਂ ਦੇਖਿਆ ਲੋਕਾਂ ਦਾ ਲਾਈਫਸਟਾਈਲ ਉੱਥੇ ਚੰਗਾ ਵਾ ਹੈਲਥ ਵਾਸਤੇ ਆਪਣੇ ਪੰਜਾਬੀ ਉੱਥੇ ਕੌਂਸ਼ੀਅਸ ਨੇ ਜੀ ਬਹੁਤ ਅੱਛੀ ਗੱਲ ਹੈ ਸੋ ਥੈਂਕ ਯੂ ਸੋ ਮਚ ਜੀ ਸੋ ਨੈਕਸਟ ਕਾਲਰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੇਟਾ ਸਾਡੇ ਨਾ ਮੇਰੇ ਹਸਬੰਡ ਹੈ ਉਹਨਾਂ ਦੇ ਹੱਥ ਪੈਰ ਬਹੁਤ ਸੁੰਦੇ ਜਿਹੇ ਰਹਿੰਦੇ ਆ ਠੰਡੇ ਠੰਡੇ ਰਹਿੰਦੇ ਆ ਦੇਖੋ ਇੱਕ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਤਿਲ ਦੇ ਤੇਲ ਦੀ ਉਹਨਾਂ ਦੀ ਮਾਲਿਸ਼ ਜ਼ਰੂਰ ਕਰਿਆ ਕਰਨੀ ਹਫ਼ਤੇ 'ਚ ਘੱਟੋ ਘੱਟ ਇੱਕ ਵਾਰੀ ਠੀਕ ਹੈ ਜੀ ਤਿਲ ਦੇ ਤੇਲ ਦੀ ਜਿਹਨੂੰ ਆਪਾਂ ਮਿੱਠਾ ਤੇਲ ਕਹਿੰਦੇ ਹਾਂ ਦੂਜਾ ਖਾਣ ਦੇ ਅੰਦਰ ਵੀ ਆਪਾਂ ਹੌਲੀ ਹੌਲੀ ਉਹਨਾਂ ਨੂੰ ਆਦਤ ਪਾਉਣੀ ਹੈ ਕਿ ਆਪਾਂ ਜਿਹੜਾ ਨੋਰਮਲ ਤੇਲ ਕੁਕਿੰਗ 'ਚ ਵਰਤ ਰਹੇ ਹਾਂ ਅਗਰ ਆਪਾਂ ਸਰ੍ਹੋਂ ਦਾ ਵਰਤ ਰਹੇ ਹਾਂ ਜਾਂ ਕੋਈ ਵੀ ਵਰਤ ਰਹੇ ਹਾਂ ਉਹਦੇ 'ਚ ਆਪਾਂ 100 ਗ੍ਰਾਮ ਤਿਲ ਦਾ ਤੇਲ ਅਤੇ 100 ਗ੍ਰਾਮ ਹੀ ਅਲਸੀ ਦਾ ਤੇਲ ਪਾ ਲਈਏ ਅਲਸੀ ਦਾ ਤੇਲ ਬਹੁਤ ਫਾਇਦਾ ਕਰਦਾ ਜੀ ਹੱਥ ਪੈਰ ਸੌਣ ਤੋਂ ਬਚਾਉਣ ਵਾਸਤੇ ਤੁਸੀਂ ਅਲਸੀ ਦਾ ਤੇਲ ਕੁਕਿੰਗ 'ਚ ਵੀ ਇਸਤੇਮਾਲ ਕਰਵਾ ਸਕਦੇ ਹੋ ਔਰ ਅਗਰ ਉਹ ਥੋੜ੍ਹਾ ਕੋਆਪਰੇਟ ਕਰਨ ਉਹਨਾਂ ਨੂੰ ਸਵਾਦ ਤੋਂ ਕੋਈ ਬਹੁਤੀ ਨਾ ਪ੍ਰੋਬਲਮ ਹੋਏ ਤਾਂ ਚਮਚੇ ਦਾ 8ਵਾਂ ਹਿੱਸਾ ਅਲਸੀ ਦਾ ਤੇਲ ਉਹਨਾਂ ਨੂੰ ਰੋਜ਼ ਖਵਾ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਦੇਣਾ ਵਾ ਤੇਲ ਦੇ ਮਾਮਲੇ 'ਚ ਪਲੱਸ ਮੇਥਰੇ ਹੱਥ ਪੈਰ ਸੌਣ ਵਾਸਤੇ ਮੇਥਰੇ ਬਹੁਤ ਚੰਗਾ ਕੰਮ ਕਰਦੇ ਨੇ ਜੀ ਮੇਥਰੇ ਉਹਨਾਂ ਨੂੰ ਤੁਸੀਂ ਚਮਚੇ ਦਾ ਤਕਰੀਬਨ ਅੱਧਾ ਹਿੱਸਾ ਰੋਜ਼ ਨਿਰਣੇ ਕਾਲ ਜੇ ਖਵਾਓ ਜੀ ਕੋਈ ਵੀ ਪ੍ਰੋਬਲਮ ਲੱਗੇ ਜੀ ਹੈਲਪਲਾਈਨ ਨੰਬਰ ਵੀ ਆ ਰਹੇ ਨੇ ਮੈਂ ਕੈਲੀਫੋਰਨੀਆ ਵੀ ਆ ਰਿਹਾ ਵਾਂ 15 ਤਰੀਕ ਤੋਂ ਬਾਅਦ ਮੈਂ ਫ੍ਰੈਮੌਂਟ ਵੀ ਆਵਾਂਗਾ ਸੋ ਬਾਕੀ ਜੀ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਸੈਂਟਰਸ ਦੇ ਵਿੱਚ ਜੋ USA ਦੇ ਵਿੱਚ ਹੈਗੇ ਨੇ ਬਾਕੀ ਨਵਦੀਪ ਸਰ ਖੁਦ 15 ਅਗਸਤ ਤੋਂ ਬਾਅਦ ਉੱਥੇ ਵਿਜ਼ਿਟ ਕਰਨਗੇ ਇਹਨਾਂ ਨੂੰ ਮਿਲਣ ਦੇ ਲਈ ਤੁਸੀਂ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਤੋਂ ਇਹ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ